ਸੋ ਗੱਲ 7-8 ਸਾਲ ਪੁਰਾਣੀ ਹੈ ਕਿ ਇਹ ਮੇਰੇ ਮਿੱਤਰ ਚਰਨਦੀਪ ਸਿੰਘ ਨੇ ਫੇਸਬੁੱਕ ਉਪਰ ਇੱਕ ਗਲਦੌਦੀ ਦੇ ਫੁੱਲਾਂ ਦੀ ਫੋਟੋ ਪਾਈ ਉਹਨਾਂ ਨੇ ਆਪ ਚਾਰ ਕੀਤੀ ਹੋਈ ਸੀ ਤੇ ਉੱਥੋਂ ਪਤਾ ਲੱਗਿਆ ਕਿ ਪੀਜ ਲੁਧਿਆਣਾ ਦੇ ਵਿੱਚ ਗਲਦੌਦੀ ਸ਼ੋਅ ਲੱਗਦਾ ਫਿਰ ਕੀ ਸੀ ਬਾਰਿਸ਼ਾ ਦੇ ਕਣ ਮੁਤਾਬਕ ਕੱਚੇ ਮਾਰ ਵੰਜਲੀ ਮੋਡੇ ਰੱਖ ਪੂਰੀ ਰਾਂਝਾ ਹੋ ਤੁਰਿਆ ਬਾਰਿਸ਼ਾ ਜਿਹਾ ਸੋ ਪੀਜੂ ਪਹੁੰਚਿਆ ਤੇ ਉੱਥੇ ਮੇਲਾ ਗਰਾਊਂਡ ਦੇ ਇੱਕ ਖੂंजे ਦੇ ਵਿੱਚ ਖੂਬਸੂਰਤ ਫੁੱਲਾਂ ਦੇ ਵਿੱਚ ਖੜਾ ਸਾਡਾ ਮਿੱਤਰ ਚਰਨਦੀਪ ਬੜੇ ਤਪਾਕ ਨਾਲ ਮਿਲਿਆ ਤੇ ਬੜੀ ਖੁਸ਼ੀ ਹੋਈ ਫਿਰ ਇਹ ਸਿਲਸਿਲਾ ਸਾਲ ਦਰ ਸਾਲ ਚੱਲਣਾ ਸ਼ੁਰੂ ਹੋਇਆ ਤੇ ਹੁਣ ਹਰ ਸਾਲ ਰੁਸਕਲਦੌਦੀ ਸ਼ੋਅ ਦੇ ਵਿੱਚ ਸ਼ਿਰਕਤ ਕਰਨ ਦਾ ਇਹ ਮੌਕਾ ਮਿਲਦਾ ਹੈ ਹਾਂ ਇੱਕ ਗੱਲ ਮਹਿਸੂਸ ਹੋਈ ਸ਼ੁਰੂ ਸ਼ੁਰੂ ਦੇ ਵਿੱਚ ਜਾ ਕੇ ਕਿ ਇੱਥੇ ਫੁੱਲ ਜਿਆਦਾ ਨਹੀਂ ਤੇ ਬੰਦੇ ਘੱਟ ਐ ਪਰ ਜੋ ਹੀ ਚਰਨਦੀਪ ਨੇ ਆਪਣੇ ਮਿੱਤਰਾਂ ਨਾਲ ਜਾਣ ਪਹਿਚਾਣ ਕਰਾਈ ਮਸਲਨ ਸਾਡੇ ਕੋਲੇ ਡਾਕਟਰ ਸਰਿੰਦਰਪਾਲ ਸਿੰਘ ਦਸਾਂਝ ਮਹਿੰਦਰਪਾਲ ਸਿੰਘ ਜੀ ਗਲਦੋਦੀ ਮਾਸਟਰ ਤੇ ਡਾਕਟਰ ਅਨਜੀਤ ਸਿੰਘ ਜੀ ਫਰੋ ਰਿਕਦਰ ਤੇ ਪੰਜਾਬ ਦੇ ਵਿੱਚ ਫੁੱਲਾਂ ਦੀ ਖੇਤੀ ਨੂੰ ਉਤਸ਼ਾਹਤ ਕਰਨ ਵਾਲੇ ਡਾਕਟਰ ਅਫਤਾਰ ਸਿੰਘ ਲਾਂਗੜੀਆਂ ਪ੍ਰਸਿੱਧ ਫੋਟੋਗ੍ਰਾਫਰ ਤੇ ਕਾਲਮ ਨਵੀਸ ਜਿੰਮੀ ਜਸ ਸਿੰਘ ਜੌਲ ਉਹਨਾਂ ਨਾਲ ਮੁਲਾਕਾਤ ਹੋਈ ਤੇ ਨਾਲ ਨਾਲ ਹੋਰ ਬਹੁਤ ਸਾਰੇ ਸੱਜਣ ਜਨਨ ਦਾ ਨਾਮ ਮੈਨੂੰ ਬਿਸਰ ਗਿਆ ਪਰ ਉਹਨਾਂ ਦੇ ਫੁੱਲਾਂ ਵਰਗੇ ਜਿਹੜੇ ਖਿੜੇ ਹੋਏ ਚਿਹਰੇ ਮੇਰੇ ਸਾਹਮਣੇ ਨੇ ਤਾਂ ਪਤਾ ਲੱਗਿਆ ਵੀ ਇਹ ਥੋੜੇ ਜੇ ਬੰਦੇ ਬੰਦੇ ਹੀ ਨਹੀਂ ਬਲਕਿ ਇਹ ਆਪਣੇ ਆਪ ਦੇ ਵਿੱਚ ਸੰਸਥਾਵਾਂ ਨੇ ਇਹਨਾਂ ਨੇ ਬੜੀ ਮੁਹੱਬਤ ਤੇ ਰੂਹ ਦੇ ਨਾਲ ਜਦੇ ਆਪਣੇ ਤਜਰਬੇ ਸਾਂਝੇ ਕਰਦੇ ਨੇ ਆ ਯਕੀਨ ਜਾਣਿਓ ਰੂਹ ਰੱਜ ਜਾਂਦੀ ਐ ਤੇ ਫੁੱਲਾਂ ਨੂੰ ਵੇਖ ਕੇ ਰੂਹ ਨਸ਼ਿਆ ਜਾਂਦੀ ਐ ਸੋ ਇਸ ਦੇ ਨਾਲ ਹੀ ਇਹ ਦੱਸਤਾ ਚਾ ਲਾਂ ਕਿ ਇਹ ਜਿਹੜਾ ਗਲਦੌਦੀ ਸ਼ੋ ਜਾਂ ਗਲਦੌਦੀ ਦੇ ਫੁੱਲਾਂ ਦਾ ਮੇਲਾ ਹੈ ਇਹ ਸਾਡੇ ਆਧੁਨਿਕ ਪੰਜਾਬੀ ਸਹਿਦ ਦੇ ਮੋਢੀ ਭਾਈ ਵੀਰ ਸਿੰਘ ਨੂੰ ਸਮਰਪਿਤ ਹੁੰਦਾ ਹੈ ਤੇ ਉਹਨਾਂ ਦੀ ਗਲਦੌਦੀਆਂ ਸੰਬੰਧੀ ਕੋਈ ਕਵਤਾ ਵੀ ਹੈ ਕਿਉਂਕਿ ਉਹਨਾਂ ਦਾ ਜਨਮ ਦੇਬਸ ਜਿਹੜਾ ਹੈਗਾ ਉਹ 5 ਦਸੰਬਰ ਨੂੰ ਹੁੰਦਾ ਉਸ ਤੇ ਨੇੜ ਤੇੜ ਜਿਹੜਾ ਇਹ ਮੇਲਾ ਲਗਾਇਆ ਜਾਂਦਾ ਹੈ ਤੇ ਇਸ ਵਾਰ ਵੀ ਇਹ ਮੇਲਾ ਬਾਰੇ 10 ਪਾਉਂਦਿਆਂ ਡਾਕਟਰ ਪਰਮਿੰਦਰ ਸਿੰਘ ਮੁਖੀ ਫਲੋਰੀ ਕਲਚਰ ਤੇ ਲੈਂਡਸਕੇਪ ਦੇ ਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਉਹਨੇ ਦੱਸ ਪਾਈ ਹੈ ਕਿ 6 ਤੇ 7 ਦਸੰਬਰ ਨੂੰ ਡਾਕਟਰ ਮਨਮੋਨ ਸਿੰਘ ਅਲਟੋਰੀਅਮ ਨੇੜੇ ਗੇਟ ਨੰਬਰ 1 ਮੁਨਕਤ ਕੀਤਾ ਜਾ ਰਿਹਾ ਹੈ ਤੇ ਹੁਣੇ ਦੱਸਣ ਅਨੁਸਾਰ ਹਰ ਸਾਲ ਇਸ ਮੇਲੇ ਦੇ ਵਿੱਚ 11-12 ਕੈਟਾਗਰੀ ਦੇ ਵਿੱਚ ਨਾਮ ਤਕਸੀਮ ਕੀਤੇ ਜਾਂਦੇ ਐ ਇਹ ਵਿੱਚ ਵਿਅਕਤੀਗਤ ਵੀ ਨੇ ਤੇ ਕੋਈ ਸਕੂਲ ਕਾਲਜ ਵੱਖ-ਵੱਖਰੀਆਂ ਸੰਸਥਾਵਾਂ ਵੀ ਇੱਥੇ ਸ਼ਿਰਕਤ ਕਰਦੀਆਂ ਤੇ ਉਸ ਦੇ ਵਿੱਚ ਅੱਗੇ ਫੁੱਲਾਂ ਦੀਆਂ ਕਿਸਮਾਂ ਵੀ ਹੁੰਦੀਆਂ ਐ ਕੁਝ ਗੁੰਦਵੇਂ ਸਿੰਗਲ ਫੁੱਲ ਹੁੰਦੇ ਨੇ ਕੁਝ ਮਕੜੀ ਦੀ ਕਿਸਮ ਦੇ ਜਿਹਨਾਂ ਨੂੰ ਸਪਾਈਡਰ ਕਹਿੰਦੇ ਆ ਔਰ ਉਸ ਤੋਂ ਬਾਅਦ ਅਨੇਕ ਨੇਕੀਆਂ ਚਮਚੀਆਂ ਨਵਾ ਇਹਨਾਂ ਦੇ ਪੈਟਲਸ ਹੁੰਦੇ ਨੇ ਉਹ ਫੁੱਲ ਜਿਨ੍ਹਾਂ ਨੂੰ ਅਸੀਂ ਸਪੂਨ ਕੈਟਾਗਰੀ ਕਹਿੰਦੇ ਹਾਂ ਉਸ ਤੋਂ ਬਾਅਦ ਜਿਹੜਾ ਬਟਨ ਗਲਦੌਦੀ ਹੈ ਗਮਲਿਆਂ ਦੀ ਅਰੇਂਜਮੈਂਟ ਹੈ ਤੇ ਉਸ ਅਨੁਸਾਰ 6 ਦਸੰਬਰ ਨੂੰ ਡਾਕਟਰ ਸੁਵੀਰ ਸਿੰਘ ਜੀ ਗੋਸਲ ਵਾਈਸ ਕਾਉਂਸਲ ਪੀਯੂ ਲੁਧਿਆਣਾ ਇਸ ਦਾ ਉਦਘਾਟਨ ਕਰਨਗੇ ਤੇ 7 ਤਰੀਕ ਨੂੰ ਜੇ ਤੁਹਾਨੂੰ ਇਨਾਮ ਤਸਦੀਕੀ ਤੇ ਜਾਣਗੇ ਦੇ ਦੋਸਤੋ ਖੀਰ ਤੇ ਫਿਰ ਵਾਰਿਸ਼ ਆਜਾਦ ਆ ਰਿਹਾ ਹੈ ਕਿ ਬਾਗ ਤੇ ਨਾਂ ਦੀ ਖੜੀ ਨੇ ਬਸ ਅੰਦਰ ਜਿੰਨਾ ਕੀਤਾ ਹੈ ਇਸ਼ਕ ਕਬੂਲ ਮੀਆਂ ਸੋ ਜਿਨ੍ਹਾਂ ਨੂੰ ਇਹ ਨਾਮ ਫੁੱਲਾਂ ਨਾਲ ਇਸ਼ਕ ਹੈ ਨਰੰਗਾਂ ਨਾਲ ਇਸ਼ਕ ਹੈ ਸੁਮਹਿਕ ਨਾਲ ਇਸ਼ਕ ਹੈ ਇਸ ਕੁਦਰਤ ਨਾਲ ਇਸ਼ਕ ਹੈ ਕਾਦਰ ਦੀ ਕੁਦਰਤ ਨਾਲ ਦੇ ਰੰਗਾਂ ਨਾਲ ਇਸ਼ਕ ਹੈ ਸੋ ਉਹ ਮੌਕਾ ਨਾ ਖੁੰਝਣ ਦਿਓ 6 ਤੇ 7 ਦਸੰਬਰ ਪੀਐਚਯੂ ਲੁਧਿਆਣਾ ਦੇ ਵਿੱਚ ਲੱਗਣ ਵਾਲੇ ਗਿਲਦੌਦੀ ਸ਼ੋਅ ਦੇ ਵਿੱਚ ਸ਼ਿਰਕਤ ਕਰੋ ਸੋ ਸੋਨ ਸਿੰਘ ਕਿਸਰਵਾਲੀਆ YouTube ਚੈਨਲ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ